ਅੱਜ ਅਸੀਂ ਪੰਜਾਬੀ ਐਕਟਰੈਸ ਤੇ ਮਾਡਲ ਕਮਲ ਖੰਗੂੜਾ ਦੀ ਬਾਇਓਗ੍ਰਾਫੀ ਲੈ ਕੇ ਆਏ ਹਾਂ ਜਿਨ੍ਹਾਂ ਦਾ ਨਾਂ ਅੱਜ ਵੀ ਸਿਤਾਰੇ ਵਾਂਗ ਚਮਕਦਾ ਹੈ। ਕਮਲ ਖੰਗੂੜਾ ਨੇ ਬਹੁਤ ਛੋਟੀ ਉਮਰ 'ਚ ਗਾਣਿਆਂ 'ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਅੱਜ ਵੀ ਕਮਲ ਖੰਗੂੜਾ ਉਵੇਂ ਦੀ ਉਵੇਂ ਹੀ ਹੈ ਜਿਵੇਂ ਕਿ ਪਹਿਲਾਂ ਦਿਖਾਈ ਦਿੰਦੀ ਸੀ। ਕਹਿਣ ਦਾ ਭਾਵ ਹੈ ਕਿ ਉਹਨਾਂ 'ਚ ਕੋਈ ਬਦਲਾਵ ਨਹੀਂ ਆਇਆ, ਉਹਨਾਂ ਦੀ ਖੂਬਸੂਰਤੀ ਉਵੇਂ ਦੀ ਉਵੇਂ ਬਰਕਰਾਰ ਹੈ। ਮਸ਼ਹੂਰ ਹੋਣ ਦੇ ਨਾਲ ਨਾਲ ਉਹ ਕਾਫ਼ੀ ਸਮਾਂ ਇੰਡਸਟਰੀ 'ਚੋਂ ਗਾਇਬ ਕਿਉਂ ਰਹੀ। ਉਹਨਾਂ ਦਾ ਜਨਮ, ਉਮਰ, ਸਟਰਗਲ, ਫੈਮਲੀ, ਤੁਹਾਨੂੰ ਸਾਰੀ ਜਾਣਕਾਰੀ ਅਸੀਂ ਇਸ ਵੀਡੀਓ 'ਚ ਦੇਣ ਵਾਲੇ ਹਾਂ, ਸੋ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਕਮਲ ਖੰਗੂੜਾ ਦਾ ਜਨਮ 16 ਦਸੰਬਰ 1999 ਨੂੰ ਚੰਡੀਗੜ੍ਹ ਦੇ ਵਿੱਚ ਹੋਇਆ। ਉਹਨਾਂ ਦਾ ਪਿਛੋਕੜ ਸੰਗਰੂਰ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹੈ ਅਤੇ ਅੱਜ ਕੱਲ੍ਹ ਉਹ ਕੈਨੇਡਾ 'ਚ ਰਹਿ ਰਹੇ ਨੇ ਅਤੇ ਕਦੇ ਕਦੇ ਪੰਜਾਬ ਵੀ ਆਉਂਦੇ ਨੇ। ਉਹਨਾਂ ਦੇ ਦੋ ਭਰਾ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਹਰਦੀਪ ਖੰਗੂੜਾ ਹੈ ਅਤੇ ਦੂਜੇ ਦਾ ਨਾਂ ਜਸਪ੍ਰੀਤ ਸਿੰਘ ਹੈ। ਕਮਲ ਖੰਗੂੜਾ ਦਾ ਅਸਲੀ ਨਾਂ ਕਮਲਦੀਪ ਕੌਰ ਖੰਗੂੜਾ ਹੈ ਪਰ ਪੰਜਾਬੀ ਇੰਡਸਟਰੀ 'ਚ ਇਹ ਕਮਲ ਖੰਗੂੜਾ ਦੇ ਨਾਂ ਨਾਲ ਜਾਣੇ ਜਾਂਦੇ ਨੇ। ਬਚਪਨ 'ਚ ਉਹਨਾਂ ਦੇ ਪਰਿਵਾਰ 'ਚ ਉਹਨਾਂ ਨੂੰ ਗੱਗੂ ਕਹਿ ਕੇ ਬੁਲਾਇਆ ਜਾਂਦਾ ਸੀ ਜੋ ਕਿ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀ। ਜੇ ਕਮਲ ਦੀ ਹਾਈਟ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਹਾਈਟ 5 ਫੁੱਟ 6 ਇੰਚ ਦੇ ਕਰੀਬ ਹੈ ਅਤੇ ਸੰਨ 2023 ਦੇ ਹਿਸਾਬ ਨਾਲ ਉਹਨਾਂ ਦੀ ਉਮਰ 34 ਸਾਲ ਹੋ ਚੁੱਕੀ ਹੈ। 19 ਅਕਤੂਬਰ 2014 ਨੂੰ ਉਹਨਾਂ ਦਾ ਵਿਆਹ ਵਿੱਕੀ ਸ਼ੇਰਗਿੱਲ ਨਾਲ ਹੋਇਆ ਸੀ। ਜੇ ਕਮਲ ਖੰਗੂੜਾ ਦੇ ਮਾਡਲਿੰਗ ਕਰੀਅਰ ਦੀ ਗੱਲ ਕਰੀਏ ਤਾਂ ਕਮਲ ਖੰਗੂੜਾ ਛੋਟੀ ਉਮਰ ਤੋਂ ਮਾਡਲਿੰਗ ਕਰਦੀ ਸੀ। 13 ਸਾਲ ਦੀ ਉਮਰ 'ਚ ਹੀ ਉਹਨਾਂ ਨੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਦਰਅਸਲ ਜਦੋਂ ਸਕੂਲ 'ਚ ਪੜ੍ਹ ਰਹੀ ਸੀ ਤਾਂ ਉਹ ਡਾਂਸ ਕੰਪੀਟੀਸ਼ਨ 'ਚ ਭਾਗ ਲੈਂਦੀ ਹੁੰਦੀ ਸੀ ਅਤੇ ਡਾਂਸ ਕੰਪੀਟੀਸ਼ਨ 'ਚ ਹਿੱਸਾ ਲੈਣ ਲਈ ਉਹ ਸਕੂਲ ਤੋਂ ਬਾਹਰ ਵੀ ਜਾਂਦੀ ਹੁੰਦੀ ਸੀ ਅਤੇ ਇਹਨਾਂ ਕੰਪੀਟੀਸ਼ਨ ਦੇ ਜੋ ਜੱਜ ਹੁੰਦੇ ਸੀ ਉਹ ਮਾਡਲਿੰਗ ਫੀਲਡ ਨਾਲ ਜੁੜੇ ਹੁੰਦੇ ਸੀ ਅਤੇ ਇੱਦਾਂ ਹੀ ਜਦੋਂ ਜੱਜ ਨੇ ਕਮਲ ਨੂੰ ਡਾਂਸ ਕਰਦਿਆਂ ਦੇਖਿਆ ਤਾਂ ਉਹਨਾਂ ਨੇ ਕਮਲ ਨਾਲ ਕੰਟੈਕਟ ਕੀਤਾ। ਇਸ ਤਰ੍ਹਾਂ ਕਮਲ ਦਾ ਮਾਡਲਿੰਗ ਕਰੀਅਰ ਸ਼ੁਰੂ ਹੋਇਆ। ਕਮਲ ਨੂੰ ਜੱਸੀ ਸੋਲ ਦੇ ਗੀਤ ਜਿੰਦੇ ਤੋਂ ਸਫਲਤਾ ਮਿਲੀ, ਗਾਣਾ ਸੁਪਰ ਡੁਪਰ ਹਿੱਟ ਰਿਹਾ। ਇਸ ਤੋਂ ਬਾਅਦ ਹੁਣ ਤੱਕ ਕਮਲ 200 ਗਾਣਿਆਂ 'ਚ ਮਾਡਲਿੰਗ ਕਰ ਚੁੱਕੀ ਹੈ। ਕਮਲ ਨੇ ਸਾਲ 2017 'ਚ ਫਿਲਮ ਸਿਟੀ 'ਚ ਵੀ ਕੰਮ ਕੀਤਾ। 2018 'ਚ ਕਮਲ ਨੇ ਫਿਲਮ ਟਾਈਟੈਨਿਕ 'ਚ ਵੀ ਕੰਮ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਕਮਲ ਕਾਫ਼ੀ ਸਾਲ ਪੰਜਾਬੀ ਇੰਡਸਟਰੀ ਤੋਂ ਦੂਰ ਰਹੀ ਪਰ ਉਹ ਗਾਣਿਆਂ ਦੇ ਨਾਲ ਨਾਲ ਪੜ੍ਹਾਈ ਵੀ ਕਰ ਰਹੀ ਸੀ। ਕਮਲ 2014 ਤੋਂ 2016 ਤੱਕ ਕੈਨੇਡਾ ਚਲੀ ਗਈ ਸੀ। ਕਮਲ ਨੇ ਬਹੁਤ ਸਾਰੇ ਗਾਣਿਆਂ 'ਚ ਕੰਮ ਕੀਤਾ, ਕੁਝ ਤਾਂ ਲੋਕਾਂ ਦੀ ਨਜ਼ਰ 'ਚ ਹੀ ਨਹੀਂ ਆਏ ਕਿਉਂਕਿ ਹਰ ਗਾਣਾ ਸੁਪਰ ਡੁਪਰ ਹਿੱਟ ਨਹੀਂ ਹੁੰਦਾ। ਕਮਲ ਬਾਹਰ ਦਾ ਖਾਣਾ ਪਸੰਦ ਨਹੀਂ ਕਰਦੀ ਬਲਕਿ ਉਹਨਾਂ ਨੂੰ ਘਰ ਦਾ ਖਾਣਾ ਬਹੁਤ ਪਸੰਦ ਹੈ। ਬਾਡੀ ਫਿਟਨੈਸ ਲਈ ਕਮਲ ਐਕਸਰਸਾਈਜ਼ ਵੀ ਕਰਦੀ ਹੈ। ਕਮਲ ਨੇ ਐਕਸਰਸਾਈਜ਼ ਨਾਲ ਖੁਦ ਨੂੰ ਫਿੱਟ ਰੱਖਿਆ ਹੋਇਆ। ਕਾਫ਼ੀ ਲੋਕ ਕਮੈਂਟ 'ਚ ਉਹਨਾਂ ਨੂੰ ਖੂਬਸੂਰਤੀ 'ਤੇ ਕਮੈਂਟ ਕਰਦੇ ਨੇ ਅਤੇ ਕਾਫ਼ੀ ਲੋਕ ਉਹਨਾਂ ਨੂੰ ਕਮੈਂਟ 'ਚ ਲਿਖਦੇ ਨੇ ਕਿ ਕਮਲ 'ਚ ਇੰਨੇ ਸਾਲਾਂ ਦਾ ਕੋਈ ਬਦਲਾਵ ਨਹੀਂ ਆਇਆ ਬਲਕਿ ਉਹ ਹੋਰ ਵੀ ਜ਼ਿਆਦਾ ਸੋਹਣੀ ਹੋ ਗਈ ਹੈ। ਕਮਲ ਖੰਗੂੜਾ ਨੇ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਕਿਹਾ ਸੀ ਕਿ ਉਹ ਡਿਪਰੈਸ਼ਨ 'ਚ ਨੇ ਪਰ ਜੇਕਰ ਗੱਲ ਕਰੀਏ ਇਸ ਸਾਲ ਦੀ ਤਾਂ ਉਹ ਬੇਹੱਦ ਖੁਸ਼ਹਾਲ ਨਜ਼ਰ ਆਉਂਦੇ ਨੇ। Subscribe to One India channel and never miss an update.